ਗੱਜਲੇ ਵਿੱਚ ਇਸ ਵੇਲੇ 26000 ਲਾਇਸੈਂਸ ਬਣੇ ਹੋਏ ਨੇ ਮਹੀਨੇ ਵਿੱਚ ਅਸੀਂ 100 ਵੈਪਨ ਲੈਂਦੇ ਆ ਤੇ ਦਾ ਮਤਲਬ ਇੱਕ ਕਰੋੜ ਰੁਪਇਆ ਜਿਹੜਾ ਆ ਸਾਡਾ ਬਲੌਕ ਹੋ ਜਾਂਦਾ 54000 ਜਿਹੜੇ ਆ ਅਸੀਂ ਹੋਰ ਕੈਨਸਲ ਕਰਨ ਵਾਸਤੇ ਪ੍ਰੋਸੈਸ ਦੇ ਅੰਦਰ ਅੰਦਰ ਨੇ ਪਿਛਲੇ ਮਹੀਨੇ ਮਲਾ ਜਿਹੜਾ ਹੁਣ ਜਦੋਂ ਦੀ ਇਹ ਪ੍ਰੋਸੈਸ ਸ਼ੁਰੂ ਹੋਈ ਆ 15 ਲਾਇਸੈਂਸ ਸੀ ਕੈਨਸਲ ਕਰ ਚੁੱਕੇ ਆ ਹਰ ਦੁਸ਼ਮਣ ਨੂੰ ਹਰ ਵਿਅਕਤੀ ਨੂੰ ਪਤਾ ਹੁੰਦਾ ਕਿ ਇਹਦੇ ਕੋਲ ਲਾਇਸੈਂਸ ਹੈ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਸਰਕਾਰ ਜਿਹੜੀ ਹੈ ਗਣ ਕਰਚਨ ਨੂੰ ਖਤਮ ਕਰਨ ਵਾਸਤੇ ਬਹੁਤ ਹੀ ਵੱਡੇ ਵੱਡੇ ਉਪਰਾਲੇ ਕਰ ਰਹੀ ਹੈਗੀ ਹੈ ਪਿਛਲੇ ਦਿਨੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਬਿਆਨ ਆਇਆ ਸੀਗਾ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾਗਾ ਜਿੰਨਾਂ ਕੋ ਲਾਇਸੈਂਸ ਅਗੇ ਨੇ ਅਸਲਾ ਲਾਇਸੈਂਸ ਅਗੇ ਨੇ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਹੈ ਘਰ ਘਰ ਜਾ ਕੇ ਕੀਤੀ ਜਾਵੇਗੀ ਦੂਜੇ ਪਾਸੇ ਜੇ ਗੱਲ ਕਰਾਂ ਮੈਂ ਡੀਜੀਪੀ ਪੰਜਾਬ ਦੀ ਤੇ ਡੀਜੀਪੀ ਪੰਜਾਬ ਵੱਲੋਂ ਵੀ ਜਿਹੜੇ ਸਖਤ ਦਿਸ਼ਾ-ਨਿਰਦੇਸ਼ ਪੁਲਿਸ ਨੂੰ ਦਿੱਤੇ ਗਏ ਨੇ ਔਰ ਐਸਐਚਓਜ਼ ਦੀ ਡਿਊਟੀ ਲੱਗੀ ਹੈਗੀ ਆ ਉਹ ਸਾਰੇ ਲਾਇਸੈਂਸ ਜਿਹੜੇ ਗਏ ਨੇ ਅਸਲਾ ਲਾਇਸੈਂਸ ਚੈੱਕ ਕਰ ਰਹੇ ਨੇ ਉੱਥੇ ਜੇ ਆਪਾਂ ਗੱਲ ਕਰੀਏ ਮੋਗਾ ਜ਼ਿਲ੍ਹਾ ਦੀ ਤੇ ਮੋਗਾ ਜ਼ਿਲ੍ਹਾ ਦੇ ਵਿੱਚ ਜਿਹੜਾਗਾ ਟੋਟਲ ਕਿੰਨੇ ਹੁਣ ਟਿਕਰ ਜਿਹੜਾ ਗਏ ਨੇ ਅਸਲਾ ਲਾਇਸੈਂਸ ਬਣੇ ਨੇ ਔਰ ਜਿਹੜੀ ਮੋਹਮ ਚੱਲੀ ਹੈਗੀ ਹੈ ਸਰਕਾਰ ਦੀ ਅਸਲਾ ਚੈਕਿੰਗ ਕਰਨ ਦੀ ਔਰ ਉਹਨਾਂ ਦੇ ਵਿੱਚ ਰੱਦ ਕਰਨ ਦੀ ਤੋ ਸਾਡੇ ਨਾਲ ਅੱਜ ਮੋਗਾ ਦੇ ਏਡੀਸੀ ਸੁਭਾਸਚੰਦਰ ਜੀ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਪੁੱਛਦੇ ਹਾਂ ਕਿ ਮੋਗਾ ਜ਼ਿਲ੍ਹਾ ਦੇ ਵਿੱਚ ਸਰ ਮੋਗਾ ਜ਼ਿਲ੍ਹਾ ਦੇ ਵਿੱਚ ਜਿਹੜੇ ਗਏ ਨੇ ਟੋਟਲ ਹੁਣ ਤੱਕਰ ਕਿੰਨੇ ਜਿਹੜੇ ਗਏ ਨੇ ਅਸਲਾ ਲਾਇਸੈਂਸ ਬਣੇ ਨੇ ਦੇਖੋ ਮੋਗਾ ਜ਼ਿਲ੍ਹੇ ਚ ਇਸ ਵੇਲੇ 26000 ਲਾਇਸੈਂਸ ਬਣੇ ਹੋਏ ਨੇ ਤੇ ਇਹ ਲਾਇਸੈਂਸ ਜਿਹੜੇ ਆ ਹੁਣ ਦੁਬਾਰਾ ਤੋਂ ਇਹਨਾਂ ਦੀ ਪੁਲਿਸ ਪੜਤਾਲ ਹੋ ਰਹੀ ਹੈ ਕੋਈ ਲਾਇਸੈਂਸ ਗਲਤ ਜਾਰੀ ਨਾ ਹੋਇਆ ਹੋਵੇ ਤੇ ਜਿਹੜੇ ਲਾਇਸੈਂਸ ਜਿਹੜੇ ਆ ਸਮੇਂ ਸਿਰ ਰਿਨਿਊ ਨਹੀਂ ਹੋਏ ਜਾਂ ਹੋਰ ਕਿਸੇ ਕੋਈ ਕਮੀ ਪੇਸ਼ੀ ਆ ਉਹਨੇ ਵੈਪਨ ਨਹੀਂ ਲਿਆ ਤੇ ਉਹਨਾਂ ਨੂੰ ਰੱਦ ਕਰਨ ਦੀ ਪ੍ਰੋਸੈਸ ਚੱਲਦੀ ਪਈ ਹੈ ਅਸੀਂ ਪਿਛਲੇ ਮਹੀਨੇ ਮਲਾ ਜਿਹੜਾ ਹੁਣ ਜਦੋਂ ਦੀ ਇਹ ਪ੍ਰੋਸੈਸ ਸ਼ੁਰੂ ਹੋਈ ਹੈ 15 ਲਾਇਸੈਂਸ ਸੀ ਕੈਨਸਲ ਕਰ ਚੁੱਕੇ ਆ ਤੇ 49 ਲਾਇਸੈਂਸ ਜਿਹੜੇ ਆ ਅਸੀਂ ਹੋਰ ਕੈਨਸਲ ਕਰਨ ਵਾਸਤੇ ਪ੍ਰੋਸੈਸ ਦੇ ਅੰਦਰ ਅੰਦਰ ਨੇ ਤੇ ਇਸ ਤੋਂ ਇਲਾਵਾ ਵੀ ਬਾਕੀ ਲਾਇਸੈਂਸਾਂ ਦੀ ਵੀ ਪ੍ਰਕਿਰਿਆ ਚੱਲਦੀ ਪਈ ਆ ਔਰ ਜਲਦੀ ਹੀ ਜਿਹੜੇ ਆ ਜਿਹਨੇ ਲਾਇਸੈਂਸ ਕਿਸੇ ਵੀ ਤਰ੍ਹਾਂ ਜਿਹੜੇ ਆ ਲੋਕਾਂ ਨੇ ਉਹਨੂੰ ਗਲਤ ਡਿਸਪਲੇ ਕੀਤਾ ਲੈ ਕੇ ਗਏ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਦੋਂ ਇਸਤੇਮਾਲ ਕੀਤਾ ਜਾਂ ਉਹ ਵਿਅਕਤੀ ਖੋਦ ਜਿਹੜਾ ਕਿਸੇ ਲੜਾਈ ਝਗੜੇ ਵਿੱਚ ਸ਼ਾਮਲ ਰਿਹਾ ਹੋਵੇ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਕੈਨਸਲ ਕੀਤੇ ਜਾ ਰਹੇ ਨੇ ਔਰ ਇਸ ਤੋਂ ਇਲਾਵਾ ਕੋਈ ਵਿਅਕਤੀ ਜਿਹੜੇ ਆ ਕੋਈ ਨਸ਼ੇ ਕਰਦੇ ਆ ਜਿਨ੍ਹਾਂ ਦਾ ਡਰੁਪਰੈਸ ਪੋਜ਼ਿਟਿਵ ਆਂਦਾ ਉਹਨਾਂ ਦੇ ਵੀ ਲਾਇਸੈਂਸ ਸੀ ਕੈਨਸਲ ਕਰ ਦਿੱਤੇ ਆ ਸਰ ਜਿਸ ਤਰੀਕੇ ਨਾਲ 15 ਰੱਦ ਕੀਤੇ ਗਏ ਨੇ ਔਰ 49 ਦੀ ਡੇਢੀ ਹੈਗੀ ਪ੍ਰਪੋਜ਼ਲ ਭੇਜੀ ਗਈ ਹੈਗੀ ਆ ਮੋਗਾ ਪੁਲਿਸ ਨੂੰ ਇਹ ਇਹਨਾਂ ਦਾ ਕੀ ਸਟੇਟਸ ਸੀਗਾ ਜੀ ਇਹ ਜ਼ਿਆਦਾਤਰ ਲਾਇਸੈਂਸ ਜਿਹੜੇ ਆ ਜਾਂ ਤਾਂ ਕਿਸੇ ਦੀ ਜਿਹੜੀ ਆ ਪੁਲਿਸ ਰਿਪੋਰਟ 네ਗੇਟਿਵ ਆਈ ਆ ਉਹ ਰੱਦ ਹੋਏ ਨੇ ਕਿਸੇ ਨਾ ਕਿਸੇ ਕੇਸ ਕੋਈ ਲਾਇਸੈਂਸ ਸਮਿਸ਼ੇਰ ਨਹੀਂ ਹੋ ਨਹੀਂ ਕਰ ਸਕਿਆ ਕਈਆਂ ਦੀ ਜਿਹੜੀ ਆ ਉਹ ਡੂਪ ਰੈਸ ਜਿਹੜਾ ਆ ਉਹ ਪੋਜੀਟਿਵ ਆਇਆ ਵਿਅਕਤੀ ਜਿਹੜੀ ਨਸ਼ੀ ਕਰਦੇ ਨੇ ਉਹਨਾਂ ਦੇ ਜਿਹੜੇ ਲਾਇਸੈਂਸ ਰੱਦ ਕੀਤੇ ਗਏ ਨੇ ਸਰ ਵੈਸੇ ਲਾਇਸੈਂਸ ਤਾਂ ਰੱਖਿਆ ਹੈਗਾ ਆਤਮ ਰੱਖਿਆ ਵਾਸਤੇ ਜਿਹੜਾ ਹੈਗਾ ਸਰਕਾਰ ਕੋਲ ਦਿੱਤਾ ਜਾਂਦਾ ਵੀ ਮੈਨੂੰ ਸਿਕਿਉਰਟੀ ਦੀ ਜ਼ਰੂਰਤ ਹੈਗੀ ਆ ਪਰ ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਇਹਨੂੰ ਜਿਹੜਾ ਇੱਕ ਬੜਾ ਡਰਾਮੇ ਵਜੋਂ ਦਿਖਾਇਆ ਜਾ ਰਿਹਾ ਹੈ। ਦੇਖੋ ਜਿਹੜਾ ਸੋਸ਼ਲ ਮੀਡੀਆ ਤੇ ਲਾਇਸੈਂਸ ਦਿਖਾਇਆ ਜਾਂਦਾ ਹੈ ਇਹ ਲਾਇਸੈਂਸ ਇੱਕ ਲਾਇਸੈਂਸ ਕਲਚਰ ਨੂੰ ਵੀ ਜਿਹੜਾ ਹੈ ਪ੍ਰਮੋਟ ਕਰਦਾ ਹੀ ਆ ਦੂਸਰਾ ਜ ਇਹ ਉਹਨਾਂ ਵਿਅਕਤੀਆਂ ਦੀ ਆਪਣੀ ਸੁਰੱਖਿਆ ਵਾਸਤੇ ਵੀ ਜਿਹੜਾ ਆ ਮਾੜਾ ਕਿਉਂਕਿ ਜਦੋਂ ਦੂਜੀ ਵਿਅਕਤੀ ਨੂੰ ਇਹ ਪਤਾ ਹੁੰਦਾ ਕਿ ਉਹਦੇ ਕੋਲ ਲਾਇਸੈਂਸ ਹੈ ਤੇ ਉਹ ਫਿਰ ਲਾਇਸੈਂਸ ਦੀ ਵਰਤੋਂ ਕਰਦਾ ਇਹ ਸਟੱਡੀ ਕੀਤੀ ਗਈ ਹੈ ਅਮਰੀਕਾ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਦੇ ਕੋਲ ਵਿਅਕਤੀਆਂ ਜਿਨ੍ਹਾਂ ਵਿਅਕਤੀਆਂ ਕੋਲ ਲਾਇਸੈਂਸ ਹੈ ਉਹਨਾਂ ਦੇ ਉੱਤੇ ਗੋਲੀ ਲੱਗਣ ਦਾ ਗੋਲੀ ਉਹਨਾਂ ਤੇ ਚੱਲਣ ਦਾ ਜਿਹੜੇ ਆ ਚਾਂਸ ਆ 250 ਗੁਣਾ ਵੱਧ ਹੁੰਦਾ ਹੈ ਆ ਦੂਜੀ ਵਿਅਕਤੀ ਨਾਲੋਂ ਕਿਉਂਕਿ ਹਰ ਦੁਸ਼ਮਣ ਨੂੰ ਹਰ ਵਿਅਕਤੀ ਨੂੰ ਪਤਾ ਹੁੰਦਾ ਕਿ ਇਹਦੇ ਕੋਲ ਲਾਇਸੈਂਸ ਹੈ ਔਰ ਉਹ ਉਸ ਵਿਅਕਤੀ ਉੱਤੇ ਪਹਿਲਾਂ ਗੋਲੀ ਜਿਹੜੀ ਆ ਉਹ ਚਲਾਉਂਦਾ ਪਹਿਲਾਂ ਉਹਦੇ ਤੇ ਜਿਹ ਤੋ ਇਸ ਲਈ ਇਹ ਦੋਵੇਂ ਚੀਜ਼ਾਂ ਜਿਹੜੀਆਂ ਆ ਨੁਕਸਾਨਦੇਖ ਹੁੰਦੀਆਂ ਆ ਤੇ ਬਿਹਤਰ ਹੈ ਕਿ ਲਾਇਸੈਂਸ ਜਿਹੜਾ ਹੈ ਉਹ ਆਤਮ ਰੱਖਿਆ ਵਾਸਤੇ ਹੋਵੇ ਔਰ ਉਹਨੂੰ ਡਿਸਪਲੇ ਨਾ ਕੀਤਾ ਜਾਵੇ ਬਿਲਕੁਲ ਧਿਆਨ ਨਾਲ ਜਿਹੜਾ ਹੈਗਾ ਡਿਸਪਲੇ ਨਹੀਂ ਕਰਨਾ ਚਾਹੀਦਾਗਾ ਜਿਵੇਂ ਕਿ ਲਗਾਤਾਰ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਪਿਛਲੇ ਦਿਨਾਂ ਦੀ ਜੇ ਮੈਂ ਗੱਲ ਕਰਾਂ ਮੋਗਾ ਦੇ ਵਿੱਚ ਤੇ ਮੋਗਾ ਦੇ ਵਿੱਚ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਕਹਿਣ ਵਾਲਾ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਕਹਿਣ ਵਾਲਾ ਭਗਵੰਤ ਸਿੰਘ ਭਗਵੰਤ ਸਿੰਘ ਉਰਫ ਬਾਜੇ ਕੇ ਪ੍ਰਧਾਨ ਮੰਤਰੀ ਹੈਗਾ ਪੰਜਾਬ ਸਰਕਾਰ ਮੋਗਾ ਪੁਲਿਸ ਵੱਲੋਂ ਜਿਹੜਾਗਾ ਉਹਦੇ ਉੱਪਰ ਜਿਹੜਾ ਉਹਨੇ ਗਨ ਪ੍ਰਮੋਟ ਕੀਤੀ ਸੀਗੀ ਫੇਸਬੁੱਕ ਦੇ ਉੱਪਰ ਪੋਸਟਾਂ ਪਾਈਆਂ ਸੀਗੀਆਂ ਉਹਦੇ ਉੱਪਰ ਵੀ ਜਿਹੜੀ ਗਈ ਹੈ ਐਫ ਆਈ ਆਰ ਜਿਹੜੀ ਗਈ ਹੈ ਦਰਜ ਕੀਤੀ ਗਈ ਹੈ ਸਰ ਮੈਂ ਚਾਹਾਂਗਾ ਕਿ ਤੁਸੀਂ ਮੋਗਾ ਨਿਵਾਸੀਆਂ ਨੂੰ ਜਿਹੜਾਗਾ ਕੈਸ ਹੋ ਜਾ ਮੈਸੇਜ ਦਿਓ ਜਿਹੜੇ ਕੱਲ੍ਹ ਦੇਖੋ ਮੋਗਾ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਇਸ ਲਾਇਸੈਂਸ ਕਲਚਰ ਤੋਂ ਵੈਪਨ ਜਿਹੜੀ ਐ ਲੈਂਡ ਤੋਂ ਜਿਹੜਾ ਬਿਨਾਂ ਜ਼ਰੂਰਤੋਂ ਨਾ ਲੈ ਜਾਣ ਇਹਦੇ ਨਾਲ ਜਿਹੜਾ ਹੈਗਾ ਬਹੁਤ ਸਾਰਾ ਸਾਡੇ ਰਿਸੋਰਸਸ ਬਹੁਤ ਸਾਰਾ ਪੈਸਾ ਜਿਹੜਾ ਆ ਇਸ ਪ੍ਰੋਸੈਸ ਵਿੱਚ ਸਾਡਾ ਰੁਕਦਾ ਹੈ ਅਸੀਂ ਜੇ ਕਿਸੇ ਮਹੀਨੇ ਵਿੱਚ ਅਸੀਂ 100 ਵੈਪਨ ਲੈਂਦੇ ਆ ਤੇ ਦਾ ਮਤਲਬ ਇੱਕ ਕਰੋੜ ਰੁਪਏ ਜਿਹੜਾ ਆ ਸਾਡਾ ਬਲੌਕ ਹੋ ਜਾਂਦਾ ਜਿਹੜਾ ਅਸੀਂ ਡਿਵੈਲਪਮੈਂਟ ਵਾਸਤੇ ਅਸੀਂ ਖਰਚ ਸਕਦੇ ਸੀ ਕਿਸੇ ਹੋਰ ਪ੍ਰੋਜੈਕਟ ਦੇ ਦਿੱਤੇ ਜਿਹੜਾ ਆਪਣੇ ਜ਼ਿਲ੍ਹੇ ਦੇ ਵਿੱਚ ਖਰਚ ਕੀਤਾ ਜਾ ਸਕਦਾ ਹੈ ਤੇ ਜੇ ਜਿਹੜਾ ਹੈਗਾ ਆ 500 ਜਿਹੜਾ ਹੈਗਾ ਆ ਮਹੀਨੇ ਦਾ ਜਿਹੜਾ ਹੈਗਾ ਉਹ ਲਾਇਸੈਂਸ ਲਿਆ ਜਾ ਰਿਹਾ ਹੈ ਤੇ 500 ਦੇ ਹਿਸਾਬ ਨਾਲ ਉਹ ਵੀ 5-7 ਕਰੋੜ ਰੁਪਈਆ ਦਾ ਜਿਹੜਾ ਪੈਸਾ ਹੈ ਸਾਡਾ ਉਸ ਇੱਕ ਐਸੀ रिसोर्सेज ਵਿੱਚ ਐਸੀ ਇੱਕ ਜਿਹੜੇ ਹੈਗੇ ਆ ਇਕਵਿਪਮੈਂਟ ਵਿੱਚ ਬਲੌਕ ਹੋ ਰਿਹਾ ਜਿਸ ਦੀ ਨਾ ਵਰਤੋਂ ਆ ਨਾ ਉਹਦੀ ਕੋਈ ਯੂਟਿਲਿਟੀ ਹੈ ਸਗੋਂ ਇੱਕ ਲਾਇਬਿਲਟੀ ਹੈ ਸਮਾਜ ਵਾਸਤੇ ਵੀ ਔਰ ਉਸ ਵਿਅਕਤੀ ਵਾਸਤੇ ਵੀ ਲਾਇਬਿਲਟੀ ਬਣਦੀ ਹੈ ਅ ਸਰ ਜਿੱਤੇ ਕਰਨਾ ਪਰ ਦੇਖ ਰਹੇ ਜੀ ਪਿਛਲੇ ਦਿਨਾਂ ਹੀ ਕਾਫੀ ਕੇਸ ਜਾਇ ਰਹੇ ਨੇ ਸ਼ਾਦੀਆਂ ਦੇ ਉੱਤੇ ਜਿਹੜਾ ਕਹਿੰਦਾ ਆਪਣਾ ਡਿਸਪਲੇ ਕੀਤਾ ਜਾ ਰਿਹਾ ਹੈ ਜਿਹੜਾ ਸਾਤਿਆਂ ਵਿੱਚ ਜਿਹੜੀ ਹੈਗੀ ਆ ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਆ ਆਪਣੇ ਗੁਣ ਆਪਣੀ ਜਿਹੜੀ ਆ ਹੋਰ ਕਲਾ ਦਰਸਾਉਣੀ ਚਾਹੀਦੀ ਹੈ ਨਾ ਕਿ ਇਸ ਤਾਂ ਦੀ ਜਿਹੜੀ ਸੋਚ ਆ ਜਿਹੜੀ ਹਥਿਆਰਾਂ ਦੀ ਇਹ ਸੋਚ ਬਦਲਣੀ ਚਾਹੀਦੀ ਹੈ ਇਹ ਜਿਹੜਾ ਆ ਉਹ ਬੁੱਧ ਦਾ ਆਦੇਸ਼ ਆ ਜਿੱਥੇ ਸਾਡੀ ਜਿਹੜੀ ਸੈਕੰਡ ਬੁੱਧਿਸਟ ਕਾਨਫਰੰਸ ਹੋਈ ਸੀਗੀ ਤੇ ਅਸੀਂ ਉਸ ਇਲਾਕੇ ਵਿੱਚ ਰਹਿੰਦੇ ਹਾਂ ਅਸੀਂ ਹਥਿਆਰਾਂ ਦੀ ਜਿਹੜੀ ਆ ਪ੍ਰਦਰਸ਼ਨ ਕਰਦੇ ਅੱਛੇ ਨਹੀਂ ਲੱਗਦੇ ਤੇ ਸਾਨੂੰ ਉਹਦੀ ਵਾਹ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਮੈਂ ਸੰਕੇਤ ਨਵੀ ਮੈਂ ਸੰਦੇਸ਼ ਦਿੰਦਾ ਕਿ ਨਾ ਸਾਨੂੰ ਇਹਨਾਂ ਚੀਜ਼ਾਂ 'ਚ ਪਿਆ ਜਾਵੇ ਬਿਲਕੁਲ ਇਹ ਸਾਡਾ ਏਡੀਸੀ ਸੁਭਾਸਚੰਦਰ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਾਨੂੰ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹਥਿਆਰ ਜਿਹੜਾ ਲੱਤਾ ਜਾਂਦਾ ਹੈਗਾ ਆਪਣੀ ਆਤਮ ਰੱਖਿਆ ਵਾਸਤੇ ਲੱਤਾ ਜਾਂਦਾ ਹੈਗਾ ਔਰ ਕਈ ਵਾਰੀ ਜਦੋਂ ਲੋਡ ਪੈਂਦੀ ਹੈਗੇ ਉਦੋਂ ਹਥਿਆਰ ਜੜਾਗਾ ਚੱਲਦਾ ਵੀ ਨਹੀਂ ਹੈਗਾ ਸੋ ਇਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਅਧਿਕਾਰੀ ਤੁਹਾਡੇ ਲਾਇਸੈਂਸ ਦੀ ਚੈਕਿੰਗ ਕਰਨ ਆਤਿਆਂਦਾ ਤੁਹਾਡੇ ਹਥਿਆਰ ਦੀ ਚੈਕਿੰਗ ਕਰਨ ਆਤਿਆਂਦਾ ਤੇ ਉਹਨੂੰ ਖੁੱਲੇ ਤੌਰ ਦੇ ਉੱਤੇ ਜਿਹੜੀ ਆਪਣੀ ਚੈਕਿੰਗ ਕਰਵਾਈ ਜਾਵੇ ਮੋਗਾ ਤੋਂ ਵਿਪਨ ਓਕਾਰਾ